गुरु घर चों आप वर्कर ने चुकियां नोटा दियां गथियां पक्षपात करके प्रबंधक कमेटी मामले नू दबण दी कर रही कोशिश पर संगता वल्लों दोषी व्यक्ति उत्ते पुलिस प्रशासन तो कार्रवाई दी उठ रही मंग। ताजा मामला नवे बने जिले मलेरकोटला दे गुरुद्वारा गुरु नानक सरदा है जिथे लखां दी तादाद विच संगतां आउंदियां ने ते लखां दी तादाद विच ही चढ़ावा चढ़ाया जांदा है। इस गुरु घर नाल संबंधित एक वीडियो सोशल मीडिया ते वायरल हुंदी है जिस विच अपने आप नूं आम आदमी पार्टी दा ब्लाक प्रधान ते हलका विधायक प्रोफेसर जसवंत सिंह गज्जण माजरा दा दफ्तर इंचार्ज अखवाउण वाला अवतार सिंह जैलदार नाम दा व्यक्ति गुरु दी गोलक दे पैसों की गिणती करवाउंदा होया नोटां दीआं गथियां अपने पजामे दीआं जेबां विच पाउंदा होया नजर आउंदा है। गुरु घर नाल जुड़े श्रद्धालुआं च भारी रोस पाया जा रहा है अते दोषी मन्ने जाण वाले व्यक्ति खिलाफ सख्त कार्रवाई की मांग की जा रही है। यह पैसे का अवतार सिंह जैलदार जिहड़ा कि आम आदमी पार्टी का दफ्तर इंचार्ज अमरगढ़ का गज्जन महाराज साहब का वह इत्थे कैमरियां दे विच गोलक की गिनती हो रही सी गिनती दे विच उहने 500-500 दे नोट एक पासे कर ले करके जो उहदी कैमरे दे विच रिकॉर्डिंग होई वह लोगों नूं भी पाई गई फेसबुक ते भी पाई गई आ ते हुण उदों जदों वध इकट्ठ होया पिंड ने उहदे ते इकट्ठ करिया इकट्ठ करन तों बाद उहनां ने पिंड नूं उहने 50,000 रुपये नूं कहता भी 50,000 रुपया मैनूं मेरे तो गलती हो गई। ਸਾਡਾ ਤਾਂ ਉਰੇ ਅਖੰਡ ਪਾਠ ਪ੍ਰਕਾਸ਼ ਕਰਾਇਆ ਵਾ ਅਸੀਂ ਸਾਧਾ ਨਾਲ ਵੀ ਅਸੀਂ ਤਾਂ ਇਹ ਵੀ ਕਹਿੰਦੇ ਹਾਂਗੇ ਵੀ ਉਂਝ ਤਾਂ ਸਾਨੂੰ ਟਾਈਮ ਵੀ ਨਹੀਂ ਮਿਲਦਾ ਗਾ ਵੀ ਸਾਨੂੰ ਵਿਸ਼ਵਾਸ ਸਰਦਾ ਇੱਥੇ ਗੁਰਦੁਆਰਾ ਸਾਹਿਬ 'ਤੇ ਬਹੁਤ ਆ ਵੀ ਜਿਹੜਾ ਵੀ ਕੋਈ ਵੀ ਤਿਲ ਫੁੱਲ ਕੋਈ ਵੀ ਇੱਥੇ ਭੇਟਾ ਕਰਦਾ ਗਾ ਵੀ ਉਹ ਗੁਰੂ ਘਰ 'ਤੇ ਹੀ ਲੱਗਣਾ ਚਾਹੀਦਾ ਵੀ ਸਾਡਾ ਤਾਂ ਇਹੋ ਹੀ ਕਹਿਣਾ ਹੈਗਾ ਵੀ ਜੇ ਕੋਈ ਗਲਤ ਕਰਦਾ ਕੋਈ ਵੀ ਕਰਦਾ ਭਾਵੇਂ ਇਕੱਲਾ ਇਹੀ ਨਹੀਂ ਹੈਗਾ ਵੀ ਜੇ ਕੋਈ ਵੀ ਕਰਦਾ ਗਾ ਵੀ ਸਭ 'ਤੇ ਕਾਰਵਾਈ ਹੋਣੀ ਚਾਹੀਦੀ ਆ। ਉੱਧਰ ਜਦੋਂ ਵਿਧਾਇਕ ਪ੍ਰੋਫੈਸਰ ਗੱਜਣ ਮਾਜਰਾ ਨਾਲ ਗੱਲ ਕਰ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਘਟੀਆ ਕਰਮ ਦੀ ਨਿੰਦਾ ਕਰਦਿਆਂ ਉਹਨਾਂ ਵੱਲੋਂ ਉਸ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦੀ ਗੱਲ ਆਖੀ ਗਈ ਹੈ। ਭਾਵੇਂ ਕਿ ਕਿਸੇ ਰਾਜਨੀਤਿਕ ਦਬਾਅ ਜਾਂ ਕਿਸੇ ਪੱਖਪਾਤ ਕਾਰਨ ਪ੍ਰਬੰਧਕ ਕਮੇਟੀ ਵੱਲੋਂ ਮਾਮਲੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਆਮ ਲੋਕਾਂ ਅਤੇ ਗੁਰੂ ਘਰ ਨਾਲ ਜੁੜੀਆਂ ਸੰਗਤਾਂ ਵੱਲੋਂ ਦੋਸ਼ੀ ਪਾਈ ਜਾਣ ਵਾਲੇ ਵਿਅਕਤੀ ਉੱਤੇ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੈਂ ਜੀ ਇਹ ਗੱਲ ਕਹਿਣਾ ਚਾਹੁੰਦਾ ਜੀ ਜਿਹੜੀ ਇਹ ਵਾਰਦਾਤ ਆ ਜੇ ਕਿਸੇ SC ਭਾਈਚਾਰੇ ਨਾਲ ਹੁੰਦੀ ਉਹਨੂੰ ਕੁੱਟ ਕੁੱਟ ਕੇ ਮਾਰ ਦਿੰਦੇ ਜੀ ਜਿਵੇਂ ਸਾਡੇ ਭਾਈਚਾਰਾ ਜ਼ਿਮੀਂਦਾਰ ਭਾਈਚਾਰਾ ਕਰਦੇ ਨੇ ਜੀ ਕੁੱਟ ਕੁੱਟ ਕੇ ਮਾਰ ਦਿੰਦੇ ਨਾਲੇ ਤਾਂ ਉਹਦੇ ਪਰਚਾ ਕਰਦੇ 420 ਦਾ ਜੀ ਨਾਲੇ ਉਹਦੇ ਦੇ 4-5 ਲੱਖ ਰੁਪਈਏ ਦਾ ਜੁਰਮਾਨਾ ਪਾਉਂਦੇ ਜਿਹੜਾ ਇਹਨੂੰ 50,000 ਰੁਪਈਏ ਦਾ ਪਾਇਆ ਜੀ ਜੁਰਮਾਨਾ ਪਾਉਂਦੇ ਨਾਲੇ ਉਹਦਾ ਪਿੰਡ 'ਚੋਂ ਬਾਈਕਾਟ ਕਰਦੀ। ਹੁਣ ਕੀ ਮੰਗ ਕਰਦੇ ਤੁਸੀਂ? ਹੁਣ ਤਾਂ ਜੀ ਸਖ਼ਤ ਤੋਂ ਸਖ਼ਤ ਕਾਰਵਾਈ ਹੋ ਰਹੀ ਹੈ ਜੀ। ਮੈਂ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਧਾਨ ਹੋਣ ਦਾ ਨਾਤੇ ਮੇਰਾ ਨਾਮ ਮੇਵਾ ਸਿੰਘ ਪਿੰਡ ਬੁਰਜ ਬਘੇਲ ਸਿੰਘ ਵਾਲਾ ਉਹ ਕੈਮਰੇ 'ਚ ਰਿਕਾਰਡਿੰਗ ਹੋ ਗਈ ਜੀ ਅਤੇ ਉਹਦੇ ਵਿੱਚ ਅਸੀਂ ਪਿੰਡ ਪੱਧਰ 'ਤੇ ਜਾਂਦੀ ਕਮੇਟੀ ਵੱਲੋਂ ਪੰਚਾਇਤ ਪੱਧਰ 'ਤੇ ਪਿੰਡ 'ਚ ਇਕੱਠ ਕਰਕੇ ਜਾਂਦੀ ਉਹ ਤੋਂ ਮਾਫ਼ੀ ਮੰਗਾ ਲਈ ਮਾਫ਼ੀ ਅਤੇ ਉਹਨਾਂ ਨੇ 50,000 ਰੁਪਏ ਜੁਰਮਾਨਾ ਜਾਂਦੀ ਪਿੰਡ ਪੱਧਰ 'ਤੇ ਕੀਤਾ ਗਿਆ ਜੀ। ਕੀ ਇਸ ਸੰਬੰਧੀ ਕੋਈ ਥਾਣੇ ਦੇ ਵਿੱਚ ਕੰਪਲੇਂਟ ਦਿੱਤੀ ਗਈ ਹੈ? ਨਹੀਂ ਥਾਣੇ 'ਚ ਅਜੇ ਕੋਈ ਕੰਪਲੇਂਟ ਨਹੀਂ ਦਿੱਤੀ ਗਈ। ਤੁਹਾਨੂੰ ਲੱਗਦਾ ਨਹੀਂ ਵੀ ਜ਼ਿਆਦਾ ਨਰਮੀ ਵਰਤ ਕੇ ਕਿਸੇ ਨੂੰ? ਨਹੀਂ ਇਸ ਨਰਮੀ ਜੇ ਨਰਮੀ ਵਰਤੀ ਹੁੰਦੀ ਵਿੱਚ ਕੈਮਰੇ 'ਚ ਰਿਕਾਰਡ ਵਾਇਰਲ ਕਦੋਂ ਕਰਦੇ? ਸਮਝੌਤਾ ਜਲਦੀ ਨਹੀਂ ਹੋ ਸਕਦਾ? ਨਹੀਂ ਸਮਝੌਤਾ ਤਾਂ ਫਿਰ ਨਹੀਂ ਜਲਦੀ ਤਾਂ ਨਹੀਂ ਹੋਇਆ ਜੀ। ਕੀ ਤੁਸੀਂ ਇਸ ਸਮਝੌਤੇ ਨੂੰ ਜਾਇਜ਼ ਮੰਨਦੇ ਹੋ ਜੀ? ਦੇਖੋ ਜੀ ਹੁਣ ਪਿੰਡ ਪੱਧਰ 'ਤੇ ਦਾ ਪੰਚਾਇਤ ਪੱਧਰ 'ਤੇ ਦਾ ਜੋ ਸਮਝੌਤਾ ਹੋਣਾ ਸਮਝੌਤੇ ਹੋਣਾ ਸੀ ਸਰ ਉੱਥੇ ਵੀ ਜਾ ਕੇ ਕਿਤੇ ਖਾਤਾ ਹੈਗਾ ਜੀ ਗੁਰਦੁਆਰਾ ਸਾਹਿਬ ਦੇ ਨਾਮ? ਨਹੀਂ ਖਾਤਾ ਜੀ ਕੋਈ ਨਹੀਂ ਹੈਗਾ ਸਾਨੂੰ ਮਹੀਨਾ ਹੋਇਆ ਜੀ ਬਣੇ ਨੂੰ ਨਵੀਂ ਕਮੇਟੀ ਬਦਲੀ ਹੈ 4 ਤਰੀਕ ਅਤੇ 4th ਮਹੀਨੇ 'ਚ। ਕਿੰਨੀ ਆਮਦਨ ਹੈ ਸਰ ਇੱਥੇ ਮਹੀਨੇ ਦੀ ਤਕਰੀਬਨ? ਤੀਜੇ ਮਹੀਨੇ ਦੀ ਜਾਂਦੀ 4 ਤਰੀਕ ਨੂੰ ਚਾਰਜ ਮਿਲਿਆ ਸਾਨੂੰ। ਕਿੰਨੀ ਆਮਦਨ ਹੈ ਮਹੀਨੇ ਦੀ? ਆਮਦਨ ਵੀ ਹੈਗੀ ਜੀ 90,000 ਰੁਪਏ। ਪਹਿਲਾਂ ਚਿਰ ਦਾ ਖਾਤਾ ਹੈਗਾ ਸੀਗਾ ਜੀ ਉਸ ਤੋਂ ਪਹਿਲਾਂ ਦਾ ਉਸ ਤੋਂ ਬਾਅਦ ਇਹਨਾਂ ਨੇ ਲੋਕਲ ਖਾਤਾ ਹੀ ਮਤਲਬ ਆਮਦਨ ਆਈ ਜਾਂਦੀ ਤੇ ਵਰਤੀ ਜਾਂਦੇ ਤੇ ਖਰਚਾ ਕਰੀ ਜਾਂਦੇ ਤੇ। ਉਹ ਤਾਂ ਕਿਸੇ ਪ੍ਰਾਈਵੇਟ ਬੰਦੇ ਦਾ ਗੁਰੂ ਘਰ ਦਾ ਖਾਤਾ ਚੱਲਿਆ ਕਿ ਨਹੀਂ ਚੱਲਿਆ ਅੱਜ ਤੱਕ? ਨਹੀਂ ਪਹਿਲਾਂ ਚੱਲਿਆ ਸੀਗਾ ਜੀ ਅੱਜ ਤੋਂ 5-6 ਸਾਲ ਪਹਿਲਾਂ ਚੱਲਿਆ ਸੀਗਾ ਜੀ ਉਹ 'ਚ ਮਤਲਬ ਜਮ੍ਹਾਂ ਹੋਏ ਤੇ ਪੈਸੇ ਜੀ। ਅੱਛਾ ਜੀ।
उस कटाते रहे हैं, जमा करते रहे हैं। उस तो बाद फिर साल साल मगरों कमेटी बदलती रही। फिर इन्होंने जी साल बाद कमेटी बदलती, साल बाद खर आमदन हो जानी, खर्चा कर देना जी, जिन्ना आमदन हो जाती उन्ना खर्चा कर देना जी। खर्चा भी काफ़ी होंगे जी, उन्होंने बैंक के थ्रू कोई खर्चा नहीं होगा ना, बैंक के थ्रू कोई खर्चा नहीं होगा। बाद देखो इसका समझौता कर लिया जी, बाकी हम चलो छोटी मर्जी है जो फैसला करना है। ब्यूरो रिपोर्ट सांझ टीवी। फगवाड़ा दे विच आशू दी हट्टी दा खुला चैलेंज, जित्थों तुहानू मिलणगे शहर विच सब तो सस्ते रेट ते सूट लहंगे साड़ियां ते प्लाजो। आशू दी हट्टी दा एक ही वादा, तुहानू मिलणगे वधिया क्वालिटी दे कपड़े, पर रेट नहीं होवेगा ज्यादा। एक बार विजिट जरूर करो आशू दी हट्टी, ओपोजिट बस स्टैंड फगवाड़ा।